ਸਾਨੂੰ ਇਹ ਤਸੱਲੀ ਨਹੀਂ ਹੁੰਦੀ ਕਿ ਜਿਹੜਾ ਬੰਦਾ ਗਿਆ ਹੈ ਜਾਂ ਜਿਹਨੇ ਕੋਈ ਵੀ ਸਕਸੈਸ ਅਚੀਵ ਕੀਤੀ ਸਾਨੂੰ ਦੀ ਸਕਸੈਸ ਤੇ ਨਜ਼ਰ ਆਉਂਦੀ ਹੈ, ਲੇਕਿਨ ਉਸ ਸਕਸੈਸ ਦੇ ਪਿੱਛੇ ਕਿੰਨੀ ਮਿਹਨਤ ਕਿੰਨੀ ਉਹਨੇ ਪੇਸ਼ੈਂਸ ਰੱਖੀ ਸੀ ਅਸੀਂ ਉਸ ਨੂੰ ਦੇਖੀ। ਸੁਣਨ ਦੀ ਲੋਕਾਂ ਚ ਨਹੀਂ ਹੈਗੀ ਸਮਰੱਥਾ ਵੀ ਆਪਾਂ ਪਹਿਲਾਂ ਜਿੱਦਾਂ ਬੋਲ ਰਹੇ ਹਾਂ ਸੁਣ ਰਹੀ ਹੈ ਨਾ, ਇਹ ਥੋੜਾ ਕਿ ਵੀ ਅੱਜ ਉਹਨਾਂ ਕਿ ਬੀਜ ਪਾਇਆ ਤੇ 10 ਬੋਰੀਆਂ ਖਾਦ ਪਾ ਦਿਓ, 5-7 ਬਾਲਟੀਆਂ ਪਾਣੀ ਪਾ ਦਿਓ ਵੀ ਕੱਲ ਸਵੇਰੇ ਸਾਨੂੰ ਫਲ ਮਿਲ ਜਾਏ, ਕਿੱਥੋਂ ਮਿਲ ਜਾਏ। ਲੋਕਾਂ ਨੂੰ ਇਹ ਹੁੰਦਾ ਕਿ ਵੀ ਬਸ ਜੋ ਮੇਰੇ ਕੋਲ ਟੈਲੈਂਟ ਹੈ, ਜੋ ਮੇਰੇ ਕੋਲ ਤਾਕਤ ਹੈਗੀ ਹੈ, ਬਸ ਉਹਦੇ ਸਿਰ ਤੇ ਮੈਂ ਸਾਰਾ ਕੁਛ ਕਰ ਲਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਸੁਮਨ ਰੂਪ ਰਾਏ, ਤੁਸੀਂ ਸਾਰੇ ਦੇਖ ਰਹੇ ਹੋ ਪੰਜ ਦਰਿਆ ਤੇ ਪ੍ਰੋਗਰਾਮ ਹੈ ਚੱਜ ਦੀਆਂ ਗੱਲਾਂ, ਸਾਡਾ ਸੈਕਿੰਡ ਐਪੀਸੋਡ ਹੈਗਾ ਚੱਜ ਦੀਆਂ ਗੱਲਾਂ ਦਾ। ਤੇ ਜੋਲੀ ਅੰਕਲ ਸਾਡੇ ਨਾਲ ਬਹੁਤ ਦੂਰੋਂ ਇੰਡੀਆ ਤੋਂ ਆਏ ਹੋਏ ਆ ਇੱਥੇ, ਤੇ ਅਸੀਂ ਸਟੂਡੀਓ ਚ ਸ਼ੋਅ ਨਹੀਂ ਕਰ ਰਹੇ ਕਿਉਂਕਿ ਕੋਵਿਡ ਕਰਕੇ ਅਸੀਂ ਆਨਲਾਈਨ ਵੀ ਕਰ ਰਹੇ ਹਾਂ, ਤੇ ਪਰ ਜੋਲੀ ਅੰਕਲ ਨਾਲ ਮਿਲ ਕੇ ਕਾਫੀ ਜੋਲੀ ਜੋਲੀ ਫੀਲ ਕੀਤਾ ਤੇ ਮੈਨੂੰ ਲੱਗਿਆ ਕਿ ਕਿਉਂ ਨਾ ਅਸੀਂ ਸਾਰੇ ਅੰਕਲ ਨਾਲ ਗੱਲਾਂ ਕਰੀਏ, ਚੱਜ ਦੀਆਂ ਹੀ ਗੱਲਾਂ ਕਰਦੇ ਹਾਂ। ਸੋ ਚੱਜ ਦੀਆਂ ਗੱਲਾਂ ਦਾ ਐਪੀਸੋਡ ਸੈਕਿੰਡ ਹੈਗਾ ਤੇ ਅੱਜ ਗੱਲ ਕਰਦੇ ਹਾਂ ਅਸੀਂ। ਮੈਨੂੰ ਲੱਗਦਾ ਕਿ ਸਾਰੇ ਲੋਕੀ ਅੱਜ ਕੱਲ੍ਹ ਸਟ੍ਰੈਸ 'ਚ ਬਹੁਤ ਰਹਿੰਦੇ ਆ ਤੇ ਕਾਫੀ ਪਰੇਸ਼ਾਨੀਆਂ ਵੀ ਹੈਗੀਆਂ, ਕਾਫੀ ਕੁਛ ਚੱਲ ਰਿਹਾ ਸਾਰਿਆਂ ਦੀ ਜ਼ਿੰਦਗੀ 'ਚ, ਤਾਂ ਆਪਾਂ ਕੁਛ ਅੰਕਲ ਨੂੰ ਇਹਦੇ ਬਾਰੇ 'ਚ ਪੁੱਛਦੇ ਹਾਂ ਕਿ ਇਹ ਸਾਰੀਆਂ ਟੈਨਸ਼ਨਸ ਦਾ ਘਰ ਹੈ ਕੀ ਆ ਤੇ ਇਹ ਕਿਵੇਂ ਦੂਰ ਕੀਤੀਆਂ ਜਾ ਸਕਦੀਆਂ। ਸੋ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਜੋਲੀ ਅੰਕਲ ਦਾ ਤੇ ਕਰਦੇ ਹਾਂ ਚੱਜ ਦੀਆਂ ਗੱਲਾਂ ਦੀ ਸ਼ੁਰੂਆਤ। ਸੋ ਲੈਟਸ ਵੈਲਕਮ ਜੋਲੀ ਅੰਕਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅੰਕਲ, ਕੀ ਹਾਲ ਚਾਲ? ਬਹੁਤ ਵਧੀਆ ਵਧੀਆ, ਖੂਬਸੂਰਤ ਸ਼ਹਿਰ ਦੇ ਵਿੱਚ ਖੂਬਸੂਰਤ ਲੋਕਾਂ ਦੇ ਨਾਲ ਬਹੁਤ ਅੱਛਾ ਲੱਗ ਰਿਹਾ। ਥੈਂਕ ਯੂ। ਖੂਬਸੂਰਤ ਸ਼ਹਿਰ ਵੀ ਖੂਬਸੂਰਤ ਆ ਪਰ ਮਾਹੌਲ ਖੂਬਸੂਰਤ ਬਣ ਜਾਂਦਾ ਜਦੋਂ ਖੂਬਸੂਰਤੀ ਨਾਲ ਅਸੀਂ ਗੱਲਾਂ ਕਰਦੇ ਹਾਂ, ਹਨਾ। ਮੈਨੂੰ ਲੱਗਦਾ ਸਾਡੀ ਗੱਲਾਂ 'ਚ ਖੂਬਸੂਰਤੀ, ਜਿੱਦਾਂ ਤੁਸੀਂ ਕਹਿੰਦੇ ਕਿ ਚੱਜ ਦੀਆਂ ਗੱਲਾਂ ਤੇ ਗੱਲਾਂ ਨੂੰ ਅਸੀਂ ਲੈਂਦੇ ਕਿੱਦਾਂ। ਸੋ ਮੈਂ ਜਦੋਂ ਤੁਹਾਨੂੰ ਪਹਿਲੀ ਵਾਰ ਮਿਲੀ ਆ ਤਾਂ ਮੈਨੂੰ ਬਹੁਤ ਵਧੀਆ ਫੀਲ ਹੋਇਆ ਕਿ ਲਾਈਕ ਸਮਾਈਲਿੰਗ ਫੇਸ, ਹਰ ਵਕਤ ਹੱਸਦੇ ਰਹਿਣਾ ਤੇ ਗੱਲਾਂ। ਥੈਂਕ ਯੂ ਵੈਰੀ ਮੱਚ, ਤੁਸੀਂ ਸਾਡੀ ਪੰਜ ਦਿਨਾਂ ਦੀ ਟੀਮ ਦਾ ਹਿੱਸਾ ਬਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇੰਨਾ ਸੋਹਣਾ ਸਾਨੂੰ ਆਪਣਾ ਟਾਈਮ ਦੇ ਰਹੇ ਹੋ। ਤਾਂ ਅੱਜ ਮੈਂ ਸੋਚਦੀ ਸੀ ਆਪਾਂ ਚੱਜ ਦੀਆਂ ਗੱਲਾਂ ਵਿੱਚ ਗੱਲ ਏਦਾਂ ਦੀ ਕੋਈ ਕਰੀਏ ਕਿ ਜਿਹਦੇ ਨਾਲ ਕਿ ਲੋਕੀ ਅੱਜ ਕੱਲ੍ਹ ਬਹੁਤ ਜ਼ਿਆਦਾ ਸਟ੍ਰੈਸ, ਡਿਪਰੈਸ਼ਨ, ਸਮੱਸਿਆਵਾਂ ਨਾਲ ਜੂਝ ਰਹੇ ਆ, ਕਰੋਨਾ ਕਰਕੇ ਕਹਿ ਲਓ ਜਾਂ ਓਦਾਂ, ਹਨਾ। ਤੁਹਾਨੂੰ ਕੀ ਲੱਗਦਾ ਵੀ ਅਸਲੀ ਮੇਨ ਰੀਜ਼ਨ ਇਸ ਚੀਜ਼ ਦਾ, ਤੁਸੀਂ ਕੀ ਸੋਚਦੇ ਹੋ? ਦੋ ਚੀਜ਼ਾਂ ਨੇ ਜਿਹੜੀ ਤੁਸੀਂ ਸਾਰੀ ਗੱਲ ਕੀਤੀ ਇਹਦੇ ਪਿੱਛੇ ਜੇ ਦੇਖੀਏ ਤੇ, ਪਹਿਲੀ ਚੀਜ਼ ਤੇ ਹੈਗੀ ਏ ਕਿ ਅਸੀਂ ਨਾ ਸਭ ਕੁਛ ਬਹੁਤ ਜਲਦੀ ਪਾਣਾ ਚਾਹੁੰਦੇ ਹਾਂ ਕਿ ਪੈਸਾ ਹੈਗਾ, ਸਕਸੈਸ ਹੈਗੀ ਏ, ਜਾਂ ਅਸੀਂ ਕੋਈ ਪੜ੍ਹਾਈ ਏ, ਡਿਗਰੀ ਏ, ਜਾਂ ਹੁਣ ਜਿਵੇਂ ਇੰਡੀਆ ਤੋਂ ਖਾਸ ਤੌਰ ਤੇ ਪੰਜਾਬ ਤੋਂ, ਉਹਨਾਂ ਨੂੰ ਬਸ ਇਹ ਹੈਗਾ ਕਿ ਮੈਂ ਸਵੇਰੇ ਉੱਠਾ ਤੇ ਮੇਰੇ ਪਾਸਪੋਰਟ ਤੇ ਕੈਨੇਡਾ ਦਾ ਵੀਜ਼ਾ ਲੱਗਾ ਮਿਲ ਜਾਏ, ਮੈਂ ਬਸ ਫਟਾਫਟ ਫਲਾਈਟ ਲਵਾਂ ਤੇ ਮੈਂ ਬਸ ਟੋਰਾਂਟੋ ਪਹੁੰਚ ਜਾਵਾਂ, ਸਰੀ ਪਹੁੰਚ ਜਾਵਾਂ ਕਿਸੇ ਤਰ੍ਹਾਂ। ਤੇ ਜਲਦੀ ਬਹੁਤ ਹੈਗੀ ਵੀ ਦੂਜਾ ਕੋਈ ਚਲਾ ਗਿਆ ਤੇ 10-20 ਬੰਦਿਆਂ ਨੂੰ ਮਤਲਬ ਕਿ ਭਾਜੜ ਪੈ ਜਾਂਦੀ, ਉਹ ਚਲਾ ਗਿਆ ਅਸੀਂ ਕਿੱਦਾਂ ਰਹਿ ਗਏ। ਉਹ ਜਿਹੜੀ ਹੈਗੀ ਉਹ ਪਰੇਸ਼ਾਨੀ ਦਿਮਾਗ ਦੇ ਵਿੱਚ ਬਹੁਤ ਜ਼ਿਆਦਾ ਦਿਨ ਰਾਤ ਫਿਰ ਉਹ ਚਿੰਤਾ ਨੂੰ ਵਧਾਉਂਦੀ ਹੈਗੀ। ਸਾਨੂੰ ਇਹ ਤਸੱਲੀ ਨਹੀਂ ਹੁੰਦੀ ਕਿ ਜਿਹੜਾ ਬੰਦਾ ਗਿਆ ਹੈ ਜਾਂ ਜਿਹਨੇ ਕੋਈ ਵੀ ਸਕਸੈਸ ਅਚੀਵ ਕੀਤੀ ਹੈ, ਸਾਨੂੰ ਦੀ ਸਕਸੈਸ ਤੇ ਨਜ਼ਰ ਆਉਂਦੀ ਹੈ, ਲੇਕਿਨ ਉਸ ਸਕਸੈਸ ਦੇ ਪਿੱਛੇ ਕਿੰਨੀ ਮਿਹਨਤ, ਕਿੰਨੀ ਉਹਨੇ ਪੇਸ਼ੈਂਸ ਰੱਖੀ ਸੀ ਅਸੀਂ ਉਸ ਨੂੰ ਨਹੀਂ ਦੇਖਦੇ ਵੀ ਉਹਨੇ ਕਿੰਨੀ ਪੜ੍ਹਾਈ ਕੀਤੀ, ਗ੍ਰੈਜੂਏਸ਼ਨ ਕੀਤੀ, ਪੋਸਟ ਗ੍ਰੈਜੂਏਸ਼ਨ ਕੀਤੀ, ਜਾਂ ਆਪਣੇ IT ਦੇ ਫੀਲਡ ਦੀ ਸਪੈਸ਼ਲਾਈਜੇਸ਼ਨ ਕੀਤੀ ਤੇ ਉਸ ਤੋਂ ਬਾਅਦ ਜਾ ਕੇ ਉਹ ਮਤਲਬ ਕਿ ਇਸ ਲੈਵਲ ਦਾ ਬਣਿਆ ਕਿ ਉਹਨੂੰ ਵੀਜ਼ਾ ਮਿਲੇ ਤੇ ਜਾ ਸਕੇ। ਦੂਜਾ ਇਹ ਹੁੰਦਾ ਕਿ ਜੋ ਕੁਛ ਕਿਸੇ ਹੋਰ ਨਾਲ ਹੋ ਰਿਹਾ ਉਹ ਸਾਡੇ ਨਾਲ ਨਾ ਹੋ ਜਾਏ। ਤੇ ਦੋ ਗੱਲਾਂ ਮੇਨ ਨੇ, ਇੱਕ ਫੇਵਰੇਬਲ ਰਿਜ਼ਲਟ ਨਹੀਂ ਮਿਲਦੇ ਤਾਂ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ। ਉਹ ਫੇਵਰੇਬਲ ਰਿਜ਼ਲਟ ਕਿਉਂ ਨਹੀਂ ਮਿਲੇ ਉਹਦੇ ਪਿੱਛੇ ਅਸੀਂ ਜਲਦਬਾਜ਼ੀ ਕਰ ਦਿੰਦੇ ਹਾਂ। ਇੱਥੇ ਮੈਂ ਵੀ ਹੁਣ ਜਦੋਂ ਆਇਆ ਨਾ ਤੇ ਮੇਰੇ ਹੋਰ ਮਿਲਣ ਵਾਲਿਆਂ ਨੇ ਆਉਣਾ ਸੀ 8-10 ਦਿਨ ਪਹਿਲੇ, ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਹਿੰਦੇ ਜੀ ਉਹ ਕੋਰੋਨਾ ਤੋਂ ਬਾਅਦ ਨਾ ਫਲਾਈਟਾਂ ਸ਼ੁਰੂ ਹੋ ਗਈਆਂ ਦਿੱਲੀ ਤੋਂ ਕੈਨੇਡਾ ਦੀਆਂ। ਮੈਂ ਕਿਹਾ ਹਾਂਜੀ ਮੈਂ ਜਾਂਦਾ ਰਹਿੰਦਾ, ਹੁਣ ਵੀ ਮੈਂ ਜਾ ਰਿਹਾ ਹੈਗਾ। ਤੇ ਕਹਿੰਦੇ ਨਹੀਂ ਉਹਦੀ ਬੜੀ ਖਾਸ ਗੱਲ ਹੈ। ਮੈਂ ਕੀ ਕਹਿੰਦੇ ਜੀ ਦਿੱਲੀ ਤੋਂ ਟੋਰਾਂਟੋ 1 ਮਿੰਟ ਵਿੱਚ ਪਹੁੰਚਾ ਦਿੰਦੀ ਫਲਾਈਟ। ਮੈਂ ਕਿਹਾ ਕਿਵੇਂ ਹੋ ਸਕਦਾ ਹੈ? ਕਹਿੰਦਾ ਨਹੀਂ ਜੀ ਮੈਂ ਟਿਕਟਾਂ ਲਈਆਂ, ਅਸੀਂ ਸਾਰਾ ਪਰਿਵਾਰ ਜਾ ਰਹੇ ਹਾਂ ਤੇ ਮੈਂ ਕੱਲ੍ਹ ਉਹ
एयर कनाडा दे ऑफिस फोन कीता सी पता करन लई कि मैं पुछया भी दिल्ली टू टोरंटो किन्ना टाइम लगदा है, ते जेड़ी रिसेप्शनिस्ट सी उहने फोन चुकिया ते उहने कहा जस्ट ए मिनट, ते मैं कहा तुसी फोन बंद करता, कहिंदा हां जी। हुण इन्नी पेशेंस भी नहीं हैगी कि उहने कहा जस्ट ए मिनट भी रुको मैं देख के दसी है, क्योंकि अब वार करके ना रूट काफी बदले हुए ने, तो उहने इन्नी भी वेट नहीं कीती कि भी उहने की किया जस्ट ए मिनट भी वेट करो मैं चेक करके दसी हां, ते बस उन्हें 1 मिनट सुनिया ते छलांगा, वो 1 मिनट दिल्ली तो टोरंटो जी 1 मिनट फ्लाइट पहुंच गई। मैनू लगता जहाज नहीं उड़न तो स्त्री सी कोई। उनको 1 मिनट तो ज्यादा लगेगा, लोगों की पेशेंस का तुसी अंदाजा लगाओ ना कि बिल्कुल है ही नहीं। हम पहले कहते होंगे सी कि बॉस इज ऑलवेज राइट, बॉस कभी गलती कर ही नहीं सकता, बॉस तो बॉस है। साढ़े उत्थे एक फैक्ट्री है उहदा नाम कि चप्पल और शूज वगैरह बनते हैं, ते चंगी वड्डी फैक्ट्री हैगी, उत्थे 200-250 बंदे का स्टाफ है। एक दिन वो अपने ऑफिस आया ते सारे गुड मॉर्निंग सर गुड मॉर्निंग जिदा होंदा हैगा, नेचुरली मालिक इन्ना वड्डा करोड़पति बंदा, लेकिन एक मुंडा उत्थे रिसेप्शन ते खड़ा ते अपने फोन के उत्ते कोई गेम जी खेल रहा है या कोई मैसेज देख रहा, उन्हें उन्होंने नहीं गुड मॉर्निंग की थी, कुछ उन्होंने बड़ा गुस्सा चढ़े भी यह कितना का बंदा है कि भी मैं इतना बड़ा मालिक इतने तो यह मेरी परवाह नहीं कर रहे। उन्हें अकाउंटेंट को बुलाया, कहता इन्हें पूछा जी सैलरी कितनी है, उन्हें पूछा अकाउंटेंट ने, वो कहता जी 15,000 रुपया, कहता इन्हू 3 महीने की सैलरी दो, इन्हू को गेट आउट कर दे बाहर कटो इन फैक्ट्री को। उन्हें अकाउंटेंट ने लियाके 45,000 रुपया उन्होंने दिते, तो उन्होंने बाहर कट दिता, फिर ओहदे बाद वो अपने कमरे जाके बैठा मालिक, तो उन्हें अकाउंटेंट को पूछा कि डिपार्टमेंट इच काम करता सी, कहंदा जी साढ़े इत्थे काम नहीं करता, ए तो तुहाडा पुत्र ने पिज्जा मंगाया सी, पिज्जा देण आया सी मुंडा, ते तुसी कहंदे तू पैसे क्यों देते, कहंदा जी तुसी कहा सी 3 महीने दे पैसे दे दे, मैं उन्हें पूछा सैलरी कितनी, मैं 3 महीने दे पैसे दे दे। ओदी सैलरी देते हो। उन्हें सैलरी पूछी, उन्हें अपनी सैलरी दसी, बोला कि हुण ओदी ते कोई गलती नहीं है, ਇਹਨਾਂ ਨੇ 45,000 ਰੁਪਏ ਦਿੱਤਾ, ਅਗਲਾ ਚਲਾ ਗਿਆ। ਨਹੀਂ, ਉਹਨਾਂ ਨੇ ਪੁੱਛਿਆ ਕਿ ਤੇ ਇਹਦੀ ਸੈਲਰੀ ਕਿੰਨੀ ਆ, ਇਹ ਪੁੱਛੋ, ਇਹ ਨਹੀਂ ਪੁੱਛਿਆ ਕਿ ਸਾਡੀ ਕੋਲੋਂ ਕਿੰਨੇ ਲੈਂਦਾ, ਹਨਾ। ਤੇ ਮਤਲਬ ਕਿ ਇਹ ਮੈਂ ਇਸ ਕਰਕੇ ਕਹਿ ਰਿਹਾ ਕਿ ਜਲਦਬਾਜ਼ੀ ਜਲਦਬਾਜ਼ੀ ਹੈ, ਪੇਸ਼ੈਂਸ ਨਹੀਂ ਹੈਗੀ ਵੀ ਆਰਾਮ ਨਾਲ ਉਹਨੂੰ ਪੁੱਛ ਲੈਂਦੇ, ਕਾਕਾ ਤੂੰ ਕਿਹੜੇ ਡਿਪਾਰਟਮੈਂਟ ਵਿੱਚ ਹੈ, ਮਾਲਿਕ ਆਇਆ ਕਿਉਂ ਨਹੀਂ ਇਸਦਾ, ਕੋਈ ਗੱਲ ਤੇ ਬੰਦਾ ਕਰਦਾ ਨਾ, ਲੇਕਿਨ ਬਸ ਵੀ ਮੈਂ ਵੱਡਾ, ਮੈਂ ਜੋ ਕਿਹਾ ਮੈਂ ਠੀਕ ਹਾਂ, ਮੈਂ ਬੌਸ ਹੈਗਾ, ਤੇ ਇੰਨੀ ਜਲਦਬਾਜ਼ੀ ਇਹ ਹੈ ਵੈਸੇ ਨਾ, ਕਈ ਵਾਰੀ ਸੁਣਨ ਦੀ ਲੋਕਾਂ ਚ ਨਹੀਂ ਹੈਗੀ ਸਮਰੱਥਾ ਵੀ ਆਪਾਂ ਪਹਿਲਾਂ ਜਿੱਦਾਂ ਕੋਈ ਬੋਲ ਰਿਹਾ ਉਹਨੂੰ ਸੁਣ ਲਈਏ, ਹੈ ਨਾ, ਸਾਨੂੰ ਜਵਾਬ ਦੇਣ ਦੀ ਜ਼ਿਆਦਾ ਜਲਦੀ ਆਉਂਦੀ ਹਾਂ, ਸਾਨੂੰ ਬੋਲਣ ਦੀ ਜਲਦੀ ਹੈਗੀ ਆ ਵੀ ਅਸੀਂ ਬੋਲ ਲਈਏ ਆਪਣਾ, ਹੈ ਨਾ। ਵੀ ਸਾਹਮਣੇ ਵਾਲੇ ਨੇ ਗੱਲ ਸ਼ੁਰੂ ਕੀਤੀ ਹੈ ਤੇ ਸਾਨੂੰ ਪਹਿਲੇ ਜਲਦੀ ਆਉਂਦੀ ਕਿ ਅਸੀਂ ਉਹਨੂੰ ਗੱਲ ਨਹੀਂ ਪੂਰੀ ਕਰਾਂਗੇ, ਤੂੰ ਪਹਿਲੇ ਮੇਰੀ ਸੁਣ, ਤੂੰ ਪਹਿਲੇ ਮੇਰੀ ਸੁਣ, ਤੂੰ 1 ਮਿੰਟ ਰੁਕ ਵੀ ਯਾਰ ਸੁਣ, ਤੇ ਲੋਕ ਕਹਿਣਾ ਕੀ ਚਾਹੁੰਦਾ ਹੈਗਾ, ਉਹਦਾ ਗੱਲ ਦਾ ਕਹਿਣ ਦਾ ਮਤਲਬ ਕੀ ਹੈਗਾ, ਤੇ ਜੇ ਅਸੀਂ ਗੱਲ ਨੂੰ ਪੂਰੀ ਤਰ੍ਹਾਂ ਸੁਣਾਂਗੇ ਨਹੀਂ, ਸਮਝਾਂਗੇ ਨਹੀਂ, ਔਰ ਉਸ ਤੋਂ ਪਹਿਲੇ ਜਵਾਬ ਦੇਾਂਗੇ, ਤੇ ਨੈਚੁਰਲੀ ਮਤਲਬ ਕਿ ਅਸੀਂ ਕੁਛ ਨਾ ਕੁਛ ਗਲਤ ਹੋਏਗਾ, ਗਲਤ ਹੋਏਗਾ, ਹਾਂਜੀ, ਕਿਉਂਕਿ ਉਹ ਮਿਸ ਅੰਡਰਸਟੈਂਡਿੰਗ ਹੋ ਜਾਏਗੀ ਨਾ ਫਿਰ। ਤੇ ਇਸ ਕਰਕੇ ਸਮਝਣ ਸਮਝਾਉਣ ਤੋਂ ਪਹਿਲੇ ਥੋੜਾ ਸਮਝਣਾ ਜ਼ਰੂਰੀ ਕਿ ਰੱਬ ਨੇ ਨਾ ਸਾਨੂੰ ਇਹ ਦਿੱਤੇ ਨੇ 2 ਕੰਨ ਔਰ ਜ਼ੁਬਾਨ ਇੱਕ ਦਿੱਤੀ, ਕਿ ਡਬਲ ਸੁਣੋ ਔਰ ਅੱਧਾ ਬੋਲੋ, ਸਹੀ, ਠੀਕ ਹੈ ਨਾ। ਹਾਂਜੀ, ਕੁਦਰਤ ਸਾਨੂੰ ਸਿਖਾਉਂਦੀ ਹੈਗੀ, ਦੇਖਣ ਲਈ ਵੀ ਅੱਖਾਂ 2 ਦਿੱਤੀਆਂ ਕਿ ਜ਼ਿਆਦਾ ਦੇਖੋ, ਹਾਂ ਆਬਜ਼ਰਵ ਕਰੋ, ਹੈ ਨਾ। ਪੇਸ਼ੈਂਸ ਦਾ ਸਭ ਤੋਂ ਵੱਡਾ ਐਗਜ਼ਾਮਪਲ ਦੇਖਣਾ ਹੈ, ਕੁਦਰਤ ਨੂੰ ਸਿੱਖੋ। ਕੋਈ ਵੀ ਬੀਜ ਲਗਾਓ, ਅਸੀਂ ਫਸਲ ਲਗਾਉਂਦੇ ਹਾਂ ਕੋਈ ਵੀ, ਤੇ ਹਰ ਕੋਈ ਫਸਲ ਮਹੀਨੇ 'ਚ ਤਿਆਰ ਹੁੰਦੀ ਹੈ, ਕੋਈ 6 ਮਹੀਨੇ 'ਚ ਤਿਆਰ ਹੁੰਦੀ ਹੈ, ਕੋਈ 2 ਸਾਲ ਲੱਗਦੇ ਨੇ ਫਲ ਲਗਾਉਂਦੇ ਆ, ਤੇ 2 ਸਾਲ ਬਾਅਦ ਫਲ ਲੱਗਦਾ ਹੈਗਾ। ਹਾਂਜੀ, ਤੇ ਇਹ ਥੋੜਾ ਕਿ ਵੀ ਅੱਜ ਜਦੋਂ ਨਾ ਕਿ ਬੀਜ ਪਾਇਆ ਤੇ 10 ਬੋਰੀਆਂ ਖਾਦ ਪਾ ਦਿਓ, 5-7 ਬਾਲਟੀਆਂ ਪਾਣੀ ਪਾ ਦਿਓ, ਵੀ ਕੱਲ ਸਵੇਰੇ ਸਾਨੂੰ ਫਲ ਮਿਲ ਜਾਏ, ਕਿੱਥੋਂ ਮਿਲ ਜਾਏਗਾ। ਉਹਦੇ ਲਈ ਤੇ ਪੇਸ਼ੈਂਸ, ਕੁਦਰਤ ਦੇਖੋ ਨਾ, ਤੁਸੀਂ ਕਿਸੇ ਨੂੰ ਨਾ ਮੰਨੋ, ਕਿਸੇ ਗੁਰੂ ਕੋਲ ਨਾ ਜਾਓ, ਕਿਸੇ ਕੋਲ ਨਹੀਂ ਟਾਈਮ ਕਿਤਾਬਾਂ ਨਾ ਪੜੋ, ਕੋਈ ਗੱਲ ਨਹੀਂ, ਤੁਹਾਡੇ ਘਰ ਪੌਦੇ ਲੱਗੇ ਨੇ, ਸੱਜੇ ਖੱਬੇ ਕੁਦਰਤ ਹਰ ਵਕਤ ਸਾਡੇ ਨਾਲ ਹੈਗੀ। ਹੁਣ ਸੂਰਜ ਸਵੇਰੇ ਨਿਕਲਦਾ ਹੈ, ਹੌਲੀ ਹੌਲੀ ਆਉਂਦਾ ਹੈ ਔਰ ਹੌਲੀ ਹੌਲੀ ਕਰਕੇ ਜਾਂਦਾ ਹੈ,
ਉਹ ਵੀ ਇਹ ਥੋੜਾ ਕਿ ਸਵੇਰੇ ਨਿਕਲਿਆ ਉਹ ਗਿਆ ਜੀ, ਇਸ ਤਰ੍ਹਾਂ ਥੋੜਾ ਹੁੰਦਾ। ਤੇ ਇਹ ਚੀਜ਼ਾਂ ਜੇ ਅਸੀਂ ਕੁਦਰਤ ਕੋਲੋਂ ਸਿੱਖੀਏ ਤੇ ਫਿਰ ਕੁਦਰਤ ਜਿਹੜੇ ਫਲ ਦਿੰਦੀ ਹੈ ਜੇ ਅਸੀਂ ਪੇਸ਼ੈਂਸ ਰੱਖਾਂਗੇ ਉਹ ਬੜੇ ਮਿੱਠੇ ਹੋਣਗੇ। ਸਹੀ। ਸੋ ਅੱਜ ਦੀ ਸਾਡੀ ਚੱਜ ਦੀ ਗੱਲ ਹੈਗੀ ਹੈ ਕਿ ਪੇਸ਼ੈਂਸ ਸਾਰਿਆਂ ਨੂੰ ਰੱਖਣੀ ਚਾਹੀਦੀ ਮੈਂ ਇੱਕੋ ਦਿੱਲੀ ਚ ਇੱਕ ਪ੍ਰੋਗਰਾਮ ਸੀ ਬੜੇ ਵੱਡੇ, ਉੱਥੇ ਤਕਰੀਬਨ 500 ਬੰਦਾ, ਉੱਥੇ ਇੱਕ ਐਂਕਰ ਬੜਾ ਸੀਨੀਅਰ 25-30 ਸਾਲ ਤੋਂ ਐਂਕਰਿੰਗ ਕਰਦਾ ਹੈ, ਤੇ ਉਹਨੂੰ ਬੁਲਾਇਆ ਉੱਥੇ, ਹਾਂਜੀ ਹਾਂਜੀ ਜਿਨ੍ਹਾਂ ਦਾ ਪ੍ਰੋਗਰਾਮ ਸੀ ਉਹਨਾਂ ਨੇ ਲਿਸਟ ਬਣਾ ਕੇ ਉਹਨੂੰ ਦੇਤੀ ਕਿ ਇਹਨਾਂ ਨੇ ਬੰਦਿਆਂ ਨੇ ਬੋਲਣਾ ਹੈਗਾ, ਤੇ ਇਹ ਤੀਸਰੇ ਜਾਂ ਚੌਥੇ ਨੰਬਰ ਤੇ ਮੇਰਾ ਨਾਂ ਹੈਗਾ ਸੀ। ਅੱਛਾ, ਉੱਥੇ ਜੋਲੀ ਅੰਕਲ ਲਿਖੇ ਕਿਉਂਕਿ ਸਾਰੇ ਹੁਣ ਜੋਲੀ ਅੰਕਲ ਦੇ ਨਾਂ ਤੇ ਜਾਣਦੇ ਨੇ, ਤੇ ਉਹ ਲਿਸਟ ਉਹਨੂੰ ਦੇਤੀ। ਐਂਕਰਿੰਗ ਬਹੁਤ ਸੋਹਣੀ ਕਰ ਰਿਹਾ ਸੀ, ਕੋਈ ਸ਼ੱਕ ਨਹੀਂ, ਤੇ ਉਹਨੇ ਮੇਰੇ ਬਾਰੇ ਕਹਿਣਾ ਸ਼ੁਰੂ ਕੀਤਾ ਜੀ ਬਹੁਤ ਵੱਡੇ ਰਾਈਟਰ ਆ ਰਹੇ ਨੇ ਜੀ, ਇੰਨੀਆਂ ਕਿਤਾਬਾਂ ਲਿਖਤੀਆਂ ਜੀ, ਇੰਨੇ ਅਖਬਾਰਾਂ 'ਚ ਆਰਟੀਕਲ ਆਉਂਦੇ ਜੀ, ਇੰਟਰਨੈਸ਼ਨਲ ਮੀਡੀਆ 'ਚ ਇਹਨਾਂ ਦਾ ਬੜਾ ਨਾਂ ਹੈ ਜੀ, ਔਰ ਜ਼ੋਰਦਾਰ ਤਾਲੀਆਂ ਇਹਨਾਂ ਦਾ ਸਵਾਗਤ ਕਰੋ ਔਰ ਤੁਹਾਡੇ ਵਿੱਚ ਆ ਰਹੇ ਨੇ। ਜਦੋਂ ਉਹਨੇ ਨਾਂ ਦੇਖਿਆ ਲਿਸਟ ਜੋਲੀ ਅੰਕਲ ਲਿਖਿਆ, ਉਹ ਜਾਣਦਾ ਨਹੀਂ ਸੀ ਮੈਨੂੰ, ਉਹ ਕਹਿੰਦਾ ਵੀ ਜੋਲੀ ਅੰਕਲ ਤੇ ਨਾਂ ਹੋ ਨਹੀਂ ਸਕਦਾ, ਕਿਸੇ ਨੇ ਗਲਤ ਟਾਈਪ ਕੀਤਾ, ਤੇ ਉੱਥੇ ਉਹ ਵਿਚਾਰਾ ਕਨਫਿਊਜ਼ ਹੋ ਗਿਆ। ਫਿਰ ਮੈਂ ਆਇਆ ਤੇ ਮੈਨੂੰ ਪੁੱਛਿਆ ਅੰਕਲ ਆਪਕਾ ਨਾਮ ਕਿਆ ਹੈ, ਮੈਂ ਕਿਹਾ ਤੂੰ ਇੰਨੀਆਂ ਜਿਹੜੇ ਹਵਾ ਭਰੀ ਜਾ ਰਿਹਾ ਸੀ, ਇੰਨੀਆਂ ਕਿਤਾਬਾਂ ਲਿਖੀਆਂ ਜੀ, ਇਹ ਕੀਤਾ ਜੀ, ਬੜੇ ਫੇਮਸ ਔਰ ਪਲਾਂਟ, ਮੈਂ ਕਿਹਾ ਕੀ ਬੋਲੀ ਜਾ ਰਿਹਾ ਸੀ, ਤੈਨੂੰ ਇਹੀ ਨਹੀਂ ਪਤਾ ਮੇਰਾ ਨਾਂ ਕੀ ਹੈਗਾ, ਤੂੰ ਇਹ ਚੀਜ਼ਾਂ ਪਹਿਲਾਂ ਹੀ ਤੇ ਚੈੱਕ ਕਰਦਾ, ਹੁਣ ਤੂੰ ਪੁੱਛ ਰਿਹਾ ਹੈਗਾ। ਤੇ ਬਸ ਉਹ ਜਲਦਬਾਜ਼ੀ, ਪੇਸ਼ੈਂਸ ਨਹੀਂ ਹੈਗੀ, ਪੇਸ਼ੈਂਸ ਨਹੀਂ ਆ। 1 ਮਿੰਟ ਵੀ ਜੇ ਤੁਸੀਂ ਪਬਲਿਕ ਦੇ 500 ਬੰਦੇ ਚ ਇੱਕ ਚੀਜ਼ ਕੋਈ ਪ੍ਰੈਜੈਂਟ ਕਰਨ ਜਾ ਰਹੇ ਹੋ, ਤੇ ਇੱਕ ਵਾਰੀ ਉਹਨੂੰ ਪੜ੍ਹੋ ਤੇ ਸਹੀ, ਦੇਖੋ ਤੇ ਬਿਲਕੁਲ ਸਹੀ, ਜ਼ਰੂਰੀ ਹੈ। ਠੀਕ ਹੈ ਨਾ। ਲੇਕਿਨ ਲੋਕਾਂ ਨੂੰ ਇਹ ਹੁੰਦਾ ਕਿ ਵੀ ਬਸ ਜੋ ਮੇਰੇ ਕੋਲ ਟੈਲੈਂਟ ਹੈ, ਜੋ ਮੇਰੇ ਕੋਲ ਤਾਕਤ ਹੈਗੀ ਹੈ, ਬਸ ਉਹਦੇ ਸਿਰ ਤੇ ਮੈਂ ਸਾਰਾ ਕੁਝ ਕਰ ਲਵਾਂਗਾ। ਲੇਕਿਨ ਮੈਂ ਇੱਕ ਚੀਜ਼ ਇੱਥੇ ਜ਼ਰੂਰ ਕਹਿਣਾ ਚਾਹਾਂਗਾ ਕਿ ਤਾਕਤ ਤੋਂ ਜ਼ਿਆਦਾ ਤਾਕਤ ਜਿਹੜੀ ਉਹ ਪੇਸ਼ੈਂਸ ਵਿੱਚ ਹੈ। ਜਿਹੜੇ ਕੰਮ ਸੁਣਨਾ ਬਹੁਤ ਪੇਸ਼ੈਂਸ ਨਾਲ ਜ਼ਰੂਰੀ ਹੋ ਸਕਦੇ ਨੇ, ਉਹ ਹੋਰ ਕਿਸੇ ਤਰੀਕੇ ਨਾਲ ਨਹੀਂ ਹੋ ਸਕਦੇ। ਬਿਲਕੁਲ। ਇਸ ਕਰਕੇ ਸਾਨੂੰ ਹਮੇਸ਼ਾ ਜਿਹੜੇ ਪੁਰਾਣੇ ਸਾਡੇ, ਮੈਨੂੰ ਵੀ ਹਾਂਜੀ ਇਹੀ ਲੱਗ ਰਿਹਾ ਵੀ ਜਿਹੜੀ ਪੇਸ਼ੈਂਸ ਦੀ ਕਮੀ ਕਰਕੇ ਆਪਣੀ ਲਾਈਫ ਚ ਲੋਕਾਂ ਦੀਆਂ ਸਾਰਿਆਂ ਦੀ ਜ਼ਿਆਦਾ ਪ੍ਰੋਬਲਮਸ ਆ ਰਹੀਆਂ ਹਨ, ਜਿੰਨੀਆਂ ਵੀ ਸਮੱਸਿਆਵਾਂ ਆ ਰਹੀਆਂ, ਜਾਂ ਜਿੱਦਾਂ ਸਾਡੇ ਬੱਚੇ ਵੀ, ਮੈਂ ਆਪਣੇ ਬੱਚਿਆਂ ਚ ਵੀ ਨੋਟ ਕਰਦੀ ਹੁੰਦੀ ਹਾਂ, ਬੱਚਿਆਂ ਚ ਪੇਸ਼ੈਂਸ ਬਿਲਕੁਲ ਨਹੀਂ ਰਹੀ। ਦੇਖੋ ਨਾ ਬੱਚੇ ਹੁਣ ਕੀ ਕਰਨ, ਹੁਣ ਗੂਗਲ ਦੀ ਇੱਕੋ ਡਿਵਾਈਸ ਆ ਗਈ ਹੈ, ਹੁਣ ਛੋਟਾ ਬੱਚਾ ਵੀ ਹੈਗਾ ਉਹ ਵੀ ਉਹਨੂੰ ਕਮਾਂਡ ਦਿੰਦਾ, ਹੇ ਗੂਗਲ ਡੂ ਦਿਸ, ਮੇਰਾ ਦੇਖੋ ਮੇਰਾ ਫੋਨ ਵੀ ਆਨ ਹੋ ਗਿਆ, ਮੈਂ ਸਿਰਫ ਹੇ ਗੂਗਲ ਬੋਲੇ ਤੇ ਉਹ ਆ ਗਿਆ। ਤੇ ਵੀ ਉਹਨਾਂ ਨੂੰ ਇਹ ਪਤਾ ਕਿ ਅਸੀਂ ਸਿਰਫ ਆਰਡਰ ਕਰਨਾ, ਕਮਾਂਡ ਕਰਨੀ, ਔਰ 1 ਸੈਕਿੰਡ ਵਿੱਚ ਮਤਲਬ ਕਿ ਉਹ ਕੰਮ ਹੋਣਾ ਚਾਹੀਦਾ। ਹਾਂਜੀ ਹਾਂਜੀ। ਉਹਨਾਂ ਨੇ ਗੇਮ ਖੇਲੀ ਤੇ ਉਹਦੇ ਚ 1-1 ਸੈਕਿੰਡ ਚ ਉਹ ਐਕਸ਼ਨ ਹੁੰਦੇ ਨੇ, ਚਾਹੇ ਉਹ ਲੈਪਟਾਪ ਤੇ ਹੋਣ, ਚਾਹੇ ਫੋਨ ਦੇ ਉੱਤੇ ਹੋਣ, ਉਹਨਾਂ ਦਾ ਮਾਈਂਡਸੈਟ ਉਸ ਤਰ੍ਹਾਂ ਬਣਦਾ ਜਾ ਰਿਹਾ ਕਿ ਵੀ ਇੱਕ ਉਂਗਲੀ ਦਬਾਈ, ਇੱਕ ਸੁੱਚ ਦਬਾਇਆ ਤੇ ਇਮੀਡੀਏਟਲੀ ਐਕਸ਼ਨ ਰਿਐਕਸ਼ਨ ਉਹਦਾ ਹੋਣਾ ਚਾਹੀਦਾ ਹੈ। ਇਸ ਕਰਕੇ ਉਹਨਾਂ ਚ ਪੇਸ਼ੈਂਸ ਖਤਮ ਹੁੰਦੀ ਜਾ ਰਹੀ ਹੈ। ਇਹ ਸਾਡੇ ਲੋਕਾਂ ਦੀ ਡਿਊਟੀ ਹੈਗੀ ਕਿ ਅਸੀਂ ਉਹਨਾਂ ਨੂੰ ਇਸ ਸਟੇਜ ਤੇ ਸਮਝਾਈਏ, ਸਿਖਾਈਏ ਕਿ ਵੀ ਪਲੀਜ਼ ਅਦਾ ਨਾ, ਕਿ ਥੋੜਾ ਜਿਹਾ ਆਪਣਾ ਸੁਭਾਅ ਜਿਹੜਾ ਹੈਗਾ, ਕਿਉਂਕਿ ਪੇਸ਼ੈਂਸ ਜਿਹੜੇ ਰੱਖਦੇ ਨੇ ਨਾ, ਉਹ ਜ਼ਿੰਦਗੀ ਦੀ ਕੋਈ ਵੀ ਜੰਗ ਜਿਹੜੀ ਹੈ ਬੜੇ ਆਰਾਮ ਨਾਲ ਜਿੱਤ ਸਕਦੇ ਨੇ। ਜੇ ਸਾਡੇ ਕੋਲ ਪੇਸ਼ੈਂਸ ਨਹੀਂ ਹੈਗੀ ਤੇ ਅਸੀਂ ਜਿੱਤੀ ਹੋਈ ਜੰਗ ਵੀ ਕਈ ਵਾਰੀ ਹਾਰ ਜਾਂਦੇ। ਹਾਰ ਜਾਂਦੇ। ਮੈਂ ਵੀ ਇਹ ਆਪਣੇ ਬੇਟੀਆਂ ਨੂੰ ਇਹ ਸਿਖਾਉਂਦੀ ਹੁੰਦੀ ਕਿ ਪੇਸ਼ੈਂਸ ਬਹੁਤ ਜ਼ਰੂਰੀ ਚੀਜ਼ ਆ, ਇਹ ਰੱਖਣੀ ਜ਼ਰੂਰੀ ਆ। ਮੇਰੇ ਚ ਪੇਸ਼ੈਂਸ ਬਹੁਤ ਸੀਗੀ, ਬਹੁਤ ਜ਼ਿਆਦਾ ਪੇਸ਼ੈਂਸ ਅਜੇ ਵੀ, ਲਾਈਕ ਵੈਸੇ ਵੀ ਲੇਡੀਜ਼ ਵਿੱਚ ਵੈਸੇ ਪੇਸ਼ੈਂਸ ਕਹਿੰਦੇ ਜ਼ਿਆਦਾ ਹੁੰਦੀ ਆ, ਪਰ ਜ਼ਰੂਰੀ ਨਹੀਂ, ਅੱਜ ਕੱਲ ਤਾਂ ਸਾਰੇ ਇੱਕੋ ਜਿਹੇ ਹੋਏ ਹੋਏ ਆ, ਸਾਰਾ ਬਰਾਬਰ ਚੱਲ ਰਿਹਾ ਕੁਦਰਤ ਨਾਲ, ਅਸੀਂ ਲੋਕ ਸਾਰੇ ਕੁਦਰਤ ਨਾਲ ਖੇਲ ਰਹੇ ਹਾਂ, ਲਾਈਕ ਕੁਦਰਤ ਨੂੰ ਕਹਿੰਦੇ ਆ ਕਿ ਉਹ ਕੀਤਾ ਹੋਇਆ ਜੀ, ਬਈ ਆਪਣੇ ਵੀ ਸਾਡੇ ਪਾਸ ਚ ਜਿੱਦਾਂ ਚੀਜ਼ਾਂ ਕਹੀ ਨਾ, ਸਾਨੂੰ ਇਹ ਹੋਇਆ ਹੋਇਆ ਸਾਰੇ ਜਾਣਿਆਂ ਨੂੰ ਨਾ, ਨਹੀਂ ਲੇਕਿਨ ਮਸ਼ੀਨੀ ਯੁੱਗ ਚ ਚੱਲੇ ਹੋਏ ਆ ਤੇ ਮਸ਼ੀਨਾਂ ਬਣੇ ਹੋਏ ਆ, ਆਪ ਵੀ ਤੇ ਬੱਚੇ ਵੀ ਸਾਡੀਆਂ ਮਸ਼ੀਨਾਂ ਦੀ ਤਰ੍ਹਾਂ ਕੰਮ ਕਰ ਰਹੇ ਆ ਹਨਾ, ਤਾਂ ਉਹਨਾਂ ਦਾ ਨਹੀਂ ਦਿਮਾਗ ਵੀ ਲੇਕਿਨ ਮਸ਼ੀਨਾਂ ਦੀ ਤਰ੍ਹਾਂ ਹੀ ਚੱਲੇ ਆ। ਸਭ ਕੁਝ ਠੀਕ ਹੈਗਾ, ਲੇਕਿਨ ਸਾਨੂੰ ਆਪਣੇ ਸੁਭਾਅ ਦੇ ਵਿੱਚ ਜਦ ਤੱਕ ਅਸੀਂ ਪੇਸ਼ੈਂਸ ਨਹੀਂ ਰੱਖਾਂਗੇ, ਧੈਰਿਆ ਹਿੰਦੀ ਚ ਕਹਿੰਦੇ ਨੇ, ਧੈਰਿਆ ਨਹੀਂ ਰੱਖਾਂਗੇ ਤੇ ਸਵਾਜ ਥੋੜੀ ਜਿਹੀ ਠੰਡ ਨਹੀਂ ਰੱਖਾਂਗੇ ਤੇ ਸਾਰਾ ਕੁਝ ਜਿਹੜਾ ਨਾ ਉਹ ਗਰਮ ਹੋ ਜਾਏਗਾ, ਤੇ ਗਰਮ ਹੋ ਜਾਏਗਾ ਤੇ ਫਿਰ ਸਾਡੇ ਹੱਥ ਵੱਲੇ ਕੁਝ ਨਹੀਂ ਆਏਗਾ, ਨਹੀਂ ਤਾਂ ਤਦ ਤਦ
खाना भी नहीं खाता जाता है, उन्हें ठंडा करके सफर ना खाना बन जाएगा, ठीक थोड़ा जो माइल्ड ठंडा तो चाहिए ही फिर है ना। तो जीभ भी इस सड़ जाती है। करके कुछ भी जिंदगी च हासिल करना है, तुसी बड़ा जे बनना है, बड़े गोल सेट करने ने, बड़ियां अचीवमेंट्स करनिया ने, तो ओदे लिए तुहानू पेशेंस ते जरूर रखनी पड़ेगी। बिल्कुल पेशेंस, स्माइल एंड साइलेंस कहते हैं ना, सक्सेसफुल लोगों के मुंह पे एक स्माइल होती है तो एक साइलेंस होती है। एदे नाल तो करिश्मे हो जांदे ने। चलो अज फिर मैनू लगता अज ली अपनी जिहड़ी चज दी गल असी दसी आ, मैनू लगता सारे नू चज दी लगी होगी, है ना। डाउट नहीं ये मैनू क्यों डाउट इसलिए नहीं हो रहा है क्योंकि मैं वैसे गल कर रही है कि भी असी चज दी गल कीती आ, ते तुसी जिदा कहंदे हुंदे आ कि चज दी गल, गल्लां तां सारियां ही चज दियां हुंदियां जिहड़ियां भी असी करदे आ, पर सुनन वाले दे ओहदे ते डिपेंड करदा कि वो किदां लै रहे ना साडी गल नू। ते देखो जिहड़े असली लोकी जिन्हां असली लोकां च पे नहीं, मेरी गल सुनो ना, जिन्हां लोकां च पेशेंस है ही नहीं वो तो उन्हां नू तां असी बहुत भैड़े लग रहे होंगे कि नहीं पेशेंस नहीं तुसी लाई देखो हुई है इन्होंने, असी अपनी जिम्मेदारी लै सकते हैं, असी सारे की जिम्मेदारी नहीं लै नहीं सकते, ले सकते। ठीक है ना। ते असी जो कुछ बोल रहे हैं असी उसकी गारंटी कर सकते हैं, दूजा की समझता है, उन्हें फॉलो करता है या नहीं करता, क्योंकि जिन्हों भुख होएगी, जिन्हें कुछ अपने आप को इंप्रूव करना है, वो तो इन्होंने गलों समझेगा सीखेगा, जिन्हें नहीं करना उन्हें तुम जिन्ना मर्जी जोर ला लो, उन्हें नहीं करना। उन्हों तो भावे असी घोट के भी कह दिए ना कि तेनू घोट के पला दे, उन्हों हजम नहीं होना। बिल्कुल असि अपनी चज की गल घोट के कह दिए कि एदी पुड़ी खा लो रोज ते तुहाडे ठीक रहूगा काम, तां वी नहीं उहनूं हजम होणी। सो बहुत वधिया लग्गिया जूली अंकल अज भी, ते मिलदे आ फिर अगले एपीसोड विच, ते थैंक थैंक यू जी, थैंक यू यू वेरी बहुत मच, बहुत। तुहाडा अगले एपीसोड तक मिलदे आ सारिआं नाल, ते फिर करदे आ चज दीआं गल्लां। सो साडा इह सैकंड एपीसोड चज दीआं गल्लां दा, ते गल सीगी पेशेंस दी। सो पेशेंस बहुत जरूरी आ जिंदगी विच, इही सानूं जूली अंकल ने भी दस्सिआ। सो जोली जोली कर देने सारे नू, ते पेशेंस रखांगे तां असीं वी जोली रहांगे सारे। सो पेशेंस लाइफ विच बहुत जरूरी आ, सक्सेस अगर असीं लैणी आ या जिंदगी च कुछ भी किसे मुकाम ते पहुंचना है, अपनी तेजी थोड़ी जी घट करिए तो थोड़ा जा धीमे धीमे चलिए, तां जिदा कहिंदे कछुआ भी हौली हौली चल के अगे निकल जांदा ना खरगोश तों, तां इदां असीं वी निकल सकदे हां। सो पेशेंस रखो सारे जाने, ते चज दी गल साडी अज दी इही सी, ते अगली चज दी गल लेके तुहाडे नाल रूबरू होवांगे अगले एपिसोड भी। सत श्री अकाल।